ਮਾਸਟਰ ਭਾਲ ਸਿੰਘ ਵੇਰਕਾ ਜੀ। ਭਾਲ ਜੀ, ਜਿਹੜੇ ਹੋਲਡਿੰਗ ਲਗਾਈ ਜਾ ਰਹੀ ਸ਼ਹਿਰ ਦੇ ਵਿੱਚ ਕੀ ਹੈ ਸਰ? ਇਹ ਹੋਲਡਿੰਗ ਜੀ ਆਪਣਾ ਜਿਹੜਾ ਇਮਰਾਨ ਖਾਨ ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਜਦੋਂ ਪਾਕਿਸਤਾਨ ਗਏ ਸੀ ਸਹੁੰ ਚੁੱਕ ਸਮਾਗਮ ਦੇ ਵਿੱਚ, ਉਦੋਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਮਰਾਨ ਖਾਨ ਨੇ ਸਿੱਧੂ ਸਾਹਿਬ ਨੂੰ ਆਖਿਆ ਵੀ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਵਾਂ, ਦੱਸੋ। ਉਹਨਾਂ ਨੇ ਸਿੱਧੂ ਸਾਹਿਬ ਕਹਿੰਦੇ ਵੀ ਮੈਨੂੰ 10 ਕੁ ਮਿੰਟ ਸੋਚਣ ਦਾ ਮੌਕਾ ਦਿਓ। 10 ਕੁ ਮਿੰਟ ਬਾਅਦ ਫਿਰ ਉਹਨਾਂ ਨੇ ਇਮਰਾਨ ਖਾਨ ਨੂੰ ਕਿਹਾ ਵੀ ਇੱਕ ਬਹੁਤ ਲੰਮੀ ਪੁਰਾਣੀ ਜਿਹੜੀ ਮੰਗ ਸਿੱਖਾਂ ਦੀ ਅਰਦਾਸ ਕਰਦੇ ਆ ਰਹੇ ਹਾਂ ਵੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਉਹ ਖੋਲ੍ਹ ਦਿੱਤਾ ਜਾਵੇ। ਹੋਲਡਿੰਗ ਲਗਾ ਕੇ ਅਸੀਂ ਚੋਣ ਕੀਤਾ ਜਾ ਰਿਹਾ ਜੀ, ਉਹ ਵੈਸੇ ਹੋਰ ਕਿਸੇ ਸਿਆਸੀ ਪਾਰਟੀ ਨੇ ਅਜੇ ਤਾਈਂ ਨਵਜੋਤ ਸਿੱਧੂ ਬਾਰੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ? ਕਿਉਂਕਿ ਮੇਰੀ ਨਿੱਜੀ ਵੀ ਹੈਗਾ ਵਾ ਵੀ ਜੇ ਆਪਣਾ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੇ ਜਿਹੜਾ ਇਹ ਰਸਤਾ ਖੁਲਾਇਆ ਵਾ ਅਤੇ ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਵਾ, ਹੋਲਡਿੰਗਾਂ ਲਾਈਏ ਉਹਨਾਂ ਦੀਆਂ ਅਤੇ ਲੋਕਾਂ ਦੇ ਵਿੱਚ ਵਧੀਆ ਮੈਸੇਜ ਆਵੇ, ਲੋਕ ਇਸ ਨੂੰ ਪੜ੍ਹਨ। ਅਤੇ ਹੋਰ ਵੀ ਜਿਹੜੇ ਮੇਰੇ ਵੀਰ ਭਰਾ ਵਾ, ਜਿਹੜੇ ਮੇਰੇ ਕੌਂਸਲਰ ਭਰਾ ਵਾ, ਉਹ ਵੀ ਹੋਲਡਿੰਗਾਂ ਅਤੇ ਆਪਣਾ ਫੇਸਬੁੱਕ ਦੇ ਜ਼ਰੀਏ ਅਤੇ ਆਪਣਾ ਵਟਸਐਪ 'ਤੇ ਜੋ ਵੀ ਹੈਗਾ ਵਾ ਵੱਧ ਤੋਂ ਵੱਧ ਮੈਸੇਜ ਜਿਹੜੇ ਆ ਕਰਨ ਸਿੱਧੂ ਸਾਹਿਬ ਅਤੇ ਇਮਰਾਨ ਖਾਨ ਦੇ। ਪਰ CM ਸਾਹਿਬ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਉਹਦੇ ਨਵਜੋਤ ਸਿੱਧੂ ਬਾਰੇ ਸਿੱਧੂ ਨੂੰ ਹੀ ਪੁੱਛਿਆ ਜਾਵੇ, ਤੁਸੀਂ ਹੋਲਡਿੰਗ ਲਗਾ ਕੇ ਕੀ ਕਹਿ ਰਹੇ? CM ਸਾਹਿਬ ਦਾ ਜਿਹੜਾ ਵਾ ਉਹ ਨਿੱਜੀ ਆ, ਜਿਹੜਾ ਉਹਨਾਂ ਦਾ ਆਪਣਾ ਕੋਈ ਗੱਲ ਉਹ ਤੁਹਾਨੂੰ ਨਹੀਂ ਕਰ ਰਹੇ, ਕਿਉਂਕਿ ਉਹ ਹੀ ਦੱਸ ਸਕਦੇ ਆ CM ਸਾਹਿਬ ਵੀ ਕਿਉਂ। ਕਿਹੜੀ ਕਿਹੜੀ ਫੋਟੋ ਲਗਾਈ ਹੈ ਜੀ ਹੋਲਡਿੰਗ ਵਿੱਚ? ਮੈਂ ਜੀ ਆਪਣਾ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਪਰ, ਅਤੇ ਫਿਰ ਇਮਰਾਨ ਖਾਨ ਦੀ, ਅਤੇ ਫਿਰ ਸਰਦਾਰ ਨਵਜੋਤ ਸਿੰਘ ਸਿੱਧੂ ਦੀ। ਸਟੇਜਾਂ ਜੀ ਪਹਿਲਾਂ ਵੀ ਉਹਨਾਂ ਨੇ CM ਸਾਹਿਬ ਨੇ ਅਪੀਲ ਕੀਤੀ ਸੀ ਆਪਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜਿਹੜਾ ਵਾ ਸਟੇਜ ਜਿਹੜੀ ਆ ਇੱਕ ਲਾਈ ਜਾਵੇ ਵੀ ਵਧੀਆ ਮੈਸੇਜ ਜਾਵੇ, ਪਰ ਇਹਨਾਂ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਕਰਕੇ ਜਿਹੜਾ ਵਾ ਇੱਕ ਦੂਜੇ ਦੀਆਂ ਕੁਛ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ, ਇਸ ਕਰਕੇ ਜਿਹੜੀ ਆ ਸਟੇਜ ਆ ਇਹ ਨਹੀਂ ਇੱਕ ਲੱਗੂਗੀ, ਕਿਉਂਕਿ ਦੋ ਹੀ ਲੱਗ ਰਹੇ। ਸਿਰਫ ਨਵਜੋਤ ਸਿੱਧੂ ਦੇ ਵਿਧਾਨ ਸਭਾ ਹਲਕੇ 'ਚ ਹੀ ਲਾਏ ਜਾ ਰਹੇ ਹੋਲਡਿੰਗ ਜਾਂ ਸਾਰੇ ਸ਼ਹਿਰ 'ਚ ਲਾਏ ਜਾ ਰਹੇ? ਨਹੀਂ ਜੀ, ਸਾਰੇ ਸ਼ਹਿਰ 'ਚ ਲਾਵਾਂਗੇ, ਫਿਰ ਅਸੀਂ ਆਪਣਾ ਡੇਰਾ ਬਾਬਾ ਨਾਨਕ ਵੀ ਜਾ ਕੇ ਉੱਥੇ ਵੀ ਲਾਵਾਂਗੇ, ਜਿਹੜੀ ਸੰਗਤ ਆਊਗੀ ਜਿਹੜੀ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਵੇਖੂਗੀ ਆਉਣਗੇ ਜੀ। ਤੁਹਾਨੂੰ ਕੀ ਲੱਗਦਾ ਕਿ ਸਿੱਧੂ ਸਾਹਿਬ ਨੂੰ ਵੀਜ਼ਾ ਮਿਲ ਹੀ ਜਾਂਦੀ ਆ ਉਹਨੂੰ? ਹਾਂਜੀ, ਜ਼ਰੂਰ ਮਿਲਣਾ ਚਾਹੀਦਾ ਜੀ, ਜੇ ਵੀਜ਼ਾ ਨਾ ਦੇਣਗੇ ਸਰਕਾਰ ਤਾਂ, ਕਿਉਂਕਿ ਲੋਕਾਂ ਦਾ ਜਿਹੜਾ ਰੋਸ ਆ ਭਾਰੀ ਝੱਲਣਾ ਪੈਣਾ ਇਹਨਾਂ ਨੂੰ।